ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਸੁਖਦੇਵ ਸਿੰਘ, ਸਰਪੰਚ ਪਿੰਡ ਚੀਚਾ, ਜ਼ਿਲ੍ਹਾ ਅੰਮ੍ਰਿਤਸਰ। ਮੈਨੂੰ ਕੁਛ ਦਿਨ ਪਹਿਲਾਂ ਅਟੈਕ ਦੀ ਸ਼ਿਕਾਇਤ ਆਈ। ਮੈਂ ਅੰਮ੍ਰਿਤਸਰ ਦੇ ਹਸਪਤਾਲ ਰਹਿਆ। ਉਹਨਾਂ ਨੇ ਮੈਨੂੰ ਸਾਰਾ ਹੀ ਸਟੰਟ ਦੀ ਸਲਾਹ ਦਿੱਤੀ। ਫਿਰ ਮੈਂ ਗੁਰਵੀਰ ਡਾਕਟਰ ਗੁਰਵੀਰ ਸਿੰਘ ਗਿੱਲ ਦੇ ਬਾਰੇ ਸੁਣਿਆ। ਮੈਂ ਇੱਧਰ ਨੂੰ ਆ ਗਿਆ। ਇੱਥੇ ਆਣ ਕੇ ਮੈਂ ਆਪਣਾ ਇਲਾਜ ਕਰਾਇਆ। ਮੇਰਾ ਇਲਾਜ 5 ਦਿਨਾਂ ਦੇ ਵਿੱਚ ਉਹਨਾਂ ਨੇ ਦਵਾਈਆਂ ਨਾਲ ਹੀ, ਬਿਨਾਂ ਕਿਸੇ ਆਪਰੇਸ਼ਨ ਤੋਂ, ਬਿਨਾਂ ਕਿਸੇ ਗੱਲ ਤੋਂ, ਸਿਰਫ ਦਵਾਈਆਂ ਨਾਲ ਮੈਨੂੰ ਬਿਲਕੁਲ ਠੀਕ ਕੀਤਾ। ਇਸ ਵੇਲੇ ਮੈਂ ਬਿਲਕੁਲ ਤੰਦਰੁਸਤ ਅਤੇ ਹੁਣ ਮੈਨੂੰ ਉਹਨਾਂ ਨੇ ਛੁੱਟੀ ਦਿੱਤੀ, ਮੈਂ ਜਾ ਰਿਹਾ।